ਮੈਨੂੰ ਕਿਹਾ ਤੈਨੂੰ ਪਤਾ ਮੈਂ ਕਿਹੜਾ ਗਨ ਮੈਨ ਮੈਂ ਕੋਈ ਲੰਡੀ ਬੁੱਚੀ ਨੀ ਕਿਹੜਾ ਚੌਂਕ ਚ ਖੜਾਉਣਾ ਕਿਹੜੇ ਚੌਂਕ ਚ ਮਲਾਮੀਆਂ ਖੜਾਉਂਦੇ ਆ ਲੰਡੀ ਬੁੱਚੀ ਹੁੰਦੇ ਗੱਲ ਭਾਜੀ ਆਪਾਂ ਆ ਰਹੇ ਹਾਂ ਠੀਕ ਹੈ ਜੀ ਗੋਲ ਚੌਂਕ ਚੋਂ ਆ ਰਹੇ ਹਾਂ ਤੇ ਇੱਕ ਬੰਦੇ ਨੇ ਲਿਫਟ ਮੰਗੀ ਆ ਇਹਨਾਂ ਦੇ ਸਾਹਮਣੇ ਮੰਗੀ ਆ ਉਹਨੂੰ ਬਿਠਾ ਲਿਆ ਜੀ ਇਹਨਾਂ ਨੇ ਹੱਥ ਦੇ ਦਿੱਤਾ ਆਪਾਂ ਇਹਨਾਂ ਲਾਗੇ ਖਿਲਾੜਿਆ ਇਹਨਾਂ ਨੇ ਚਾਬੀ ਕੱਢ ਲਈ ਕਹਿੰਦੇ ਕਾਗਜ਼ ਖਾਓ ਮੈਂ ਕਿਹਾ ਚਾਬੀ ਤੁਹਾਡੇ ਕੋਲ ਆ ਕਾਗਜ਼ ਵੇਖ ਲਓ ਠੀਕ ਆ ਉਹ ਇੱਕ ਮੈਂ ਕੋਈ ਗੱਲ ਨਹੀਂ ਮੈਂ ਮੋਬਾਈਲ ਫੜਿਆ ਇੱਦਾਂ ਇਹਨਾਂ ਦਾ ਇੱਕ ਮੁਲਾਜ਼ਮ ਸੀ ਉਹ ਕਿਹੜਾ ਗਨਮੈਨ ਉਹ ਮੇਰਾ ਫੋਨ ਖੋਲ੍ਹਣ ਪਿਆ ਮੈਂ ਉਹਦੇ ਕੋਲ ਫੋਨ ਛਡਾ ਲਿਆ ਆਪਣਾ ਠੀਕ ਆ ਉਹ ਮੈਨੂੰ ਕਹਿੰਦਾ ਤੈਨੂੰ ਪਤਾ ਮੈਂ ਕਿਹਦਾ ਗਨਮੈਨ ਆ ਮੈਂ ਕੋਈ ਲੰਡੀ ਬੁੱਚੀ ਨਹੀਂ ਕਿਹਾ ਇੱਥੇ ਚੌਂਕ 'ਚ ਖਲੋਣਾ ਮੈਂ ਕਿਹਾ ਫਿਰ ਤੂੰ ਇਹਦਾ ਮਤਲਬ ਕਿ ਮੈਨੂੰ ਗੋਲੀ ਮਾਰ ਦੇਗਾ ਹੈਂ ਇਹ ਗੱਲ ਹੋਈ ਬਾਅਦ 'ਚ ਇੱਕ ਬੰਦਾ ਆਮ ਇਹਨਾਂ ਦਾ ਬੰਦਾ ਨਹੀਂ ਇਹਨਾਂ ਨੂੰ ਪੁੱਛ ਲਓ ਕੋਈ ਉਹ ਵੀਡੀਓ ਬਣਾ ਰਿਹਾ ਮੇਰੇ ਸਿਰ 'ਤੇ ਫੋਨ ਮੈਂ ਕਿਹਾ ਕੀ ਗੱਲ ਆ ਮੈਂ ਫੋਨ ਫੜਿਆ ਉਹਨੇ ਫੋਨ ਖਿੱਚਿਆ ਫੋਨ ਟੁੱਟ ਗਿਆ ਮੁਲਾਜ਼ਮ ਨਹੀਂ ਹੈਗਾ ਪੁੱਛ ਲਓ ਇਹਨਾਂ ਨੂੰ ਨਾ ਵਰਦੀ 'ਚ ਹੀ ਨਾ ਕੁਝ ਹੀ ਠੀਕ ਹੈ ਪ੍ਰਵਾਸੀ ਲੱਗਣ ਡਿਆ ਕੋਈ ਭਈਆ ਸੀ ਮੈਨੂੰ ਠੀਕ ਹੈ ਜੀ ਇਹ ਗੱਲ 'ਤੇ ਆਹ ਬਾਤ ਹੋਈ ਕਹਿੰਦਾ ਤੂੰ ਸਾਡੇ ਨਾਲ ਗਲਤ ਬੋਲਿਆ ਨਹੀਂ ਜਾਇਜ਼ ਜੋ ਤਿੰਨ ਜਣੇ ਦੇ ਚਲਾਣ ਬੰਦਾ ਭਾਅ ਜੀ ਕੱਟ ਲਓ ਆਪਾਂ ਤਾਂ ਕਹਿਣ ਡੇ ਆਪਾਂ ਨਹੀਂ ਕੀਤਾ ਆਪਾਂ ਉਹਨਾਂ ਦੇ ਪੁੱਛੋ ਇੱਕ ਵਾਰੀ ਸਰਦਾਰ ਜੀ ਉਹਨੂੰ ਪੁੱਛੋ ਤੁਹਾਡੇ ਹੱਥੋਂ ਮੋਬਾਈਲ ਫੜਿਆ ਪੁੱਛੋ ਤੇ ਸੀ ਸਾਡੇ ਬਾਪ ਦੀ ਹਾਂਜੀ ਉਹ ਭਾਅ ਜੀ ਦਿਹਾੜੀ ਲਾਉਂਦੇ ਮੈਂ ਜੀ ਇੱਥੇ ਨਾਕੇ 'ਤੇ ਸੀਗੇ ਆਪਣੇ ਡਿਪਟੀ ਸਾਹਿਬ ਵੀ ਨਾਕੇ ਦੇ ਉੱਤੇ ਖੜ੍ਹੇ ਸੀਗੇ ਉਹ ਸਾਈਡ 'ਤੇ ਹੀ ਜਦੋਂ ਇਹ ਟਿਪਲਿੰਗ 'ਤੇ ਆ ਰਹੇ ਮੈਂ ਇਹਨਾਂ ਦਾ ਮੋਟਰਸਾਈਕਲ ਰੋਕਿਆ ਇੱਕ ਆਦਮੀ ਪਿੱਛੋਂ ਗਾਇਬ ਹੋ ਗਿਆ ਪਿੱਛੇ ਨੂੰ ਚਲਾ ਗਿਆ ਜਦੋਂ ਮੈਂ ਇਹਨਾਂ ਦਾ ਚਾਬੀ ਮੋਟਰਸਾਈਕਲ 'ਚੋਂ ਕੱਢੀ ਆਏ ਸਾਈਡ ਨੂੰ ਕਰਨ ਲੱਗੇ ਆ ਇਸ ਤੋਂ ਬਾਅਦ ਚਾਬੀ ਕੱਢੀ ਮੈਂ ਪੇਪਰ ਦਿਖਾਓ ਇਹਨਾਂ ਦੇ ਪੇਪਰ ਵੀ ਆ ਵੇਖ ਲਓ ਮੈਂ ਤੁਸੀਂ ਇਹ ਚਾਬੀ ਫੜੋ ਦਿਖਾਓ ਪੇਪਰ ਕਿੱਥੇ ਨੇ ਚਾਬੀ ਇਹਨਾਂ ਨੂੰ ਦੇ ਦਿੱਤੀ ਇਹ ਸਾਡੀ ਵੀਡੀਓ ਬਣਾਉਣ ਲੱਗ ਪਏ ਜਦੋਂ ਇਹਨਾਂ ਵੀਡੀਓ ਮੈਂ ਆਪਣੇ ਕੈਮਰੇ ਡਿਪਟੀ ਸਾਹਿਬ ਦੇ ਲਾਗੇ ਗਨਮੈਨ ਖੜੋਤੇ ਹੀ ਉਹਨਾਂ ਇਹਨੂੰ ਕੀਤਾ ਵੀ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਇਹਨਾਂ ਉਹਦੇ ਨਾਲ ਮਿਸਬਿਹੇਵ ਕੀਤਾ ਬਾਅਦ 'ਚ ਮੈਂ ਆਪਣੇ ਮੋਬਾਈਲ ਦੇ ਉੱਤੇ ਕਿਸੇ ਨੂੰ ਫੜਾਇਆ ਮੋਬਾਈਲ ਵੀ ਇਹਨਾਂ ਦੀ ਵੀਡੀਓ ਬਣਾ ਮਿਸਬਿਹੇਵ ਕਰ ਲਿਆ ਇਹਨਾਂ ਮੇਰਾ ਮੋਬਾਈਲ ਉਹਦੇ ਕੋਲ ਖੋਲ੍ਹ ਕੇ ਤੋੜ ਦਿੱਤਾ ਕਾਰਵਾਈ ਹੁਣ ਵੇਖਦੇ ਹਾਂ ਜੋ ਇਹ ਅੱਜ ਕੱਲ੍ਹ ਲੋਅ ਬਣਦੀ ਹੈ ਜੀ ਮੋਬਾਈਲ ਤੋੜਿਆ ਆ ਇਹਨਾਂ ਔਨ ਡਿਊਟੀ ਮਿਸਬਿਹੇਵ ਕੀਤਾ ਜੋ ਉਹਦਾ ਬਣਦਾ ਅੱਜ ਕੱਲ੍ਹ ਲੋਅ ਆਪਾਂ ਸੇਫ ਵਾਲੀ ਗੱਲ ਨੀ ਗੀ ਵੀ ਆਪਾਂ ਕਹਿ ਦਈਏ ਪੁਲਿਸ ਸੇਫ ਨਹੀਂ ਗੀ ਕੋਈ ਇੱਕ ਅੱਧਾ ਇਹੋ ਜਿਹਾ ਇੰਸੀਡੈਂਟ ਹੋ ਸਕਦਾ ਪੁਲਿਸ ਸੇਫ ਹੈ ਕੋਈ ਆਪਣੀ ਗੱਲ ਮੈਂ ਜੀ ਇੱਥੇ ਨਾਕੇ 'ਤੇ ਸੀਗੇ ਆਪਣੇ ਡਿਪਟੀ ਸਾਹਿਬ ਵੀ ਨਾਕੇ ਦੇ ਉੱਤੇ ਖੜ੍ਹੇ ਸੀਗੇ ਉਹ ਸਾਈਡ 'ਤੇ ਹੀ ਜਦੋਂ ਇਹ ਟਿਪਲਿੰਗ 'ਤੇ ਆ ਰਹੇ ਮੈਂ ਇਹਨਾਂ ਦਾ ਮੋਟਰਸਾਈਕਲ ਰੋਕਿਆ ਇੱਕ ਆਦਮੀ ਪਿੱਛੋਂ ਗਾਇਬ ਹੋ ਗਿਆ ਪਿੱਛੇ ਨੂੰ ਚਲਾ ਗਿਆ ਜਦੋਂ ਮੈਂ ਇਹਨਾਂ ਦਾ ਚਾਬੀ ਮੋਟਰਸਾਈਕਲ 'ਚੋਂ ਕੱਢੀ ਆਏ ਸਾਈਡ ਨੂੰ ਕਰਨ ਲੱਗੇ ਆ ਇਸ ਤੋਂ ਬਾਅਦ ਚਾਬੀ ਕੱਢੀ ਮੈਂ ਪੇਪਰ ਦਿਖਾਓ ਇਹਨਾਂ ਦੇ ਪੇਪਰ ਵੀ ਆ ਵੇਖ ਲਓ ਮੈਂ ਤੁਸੀਂ ਇਹ ਚਾਬੀ ਫੜੋ ਦਿਖਾਓ ਪੇਪਰ ਕਿੱਥੇ ਨੇ ਚਾਬੀ ਇਹਨਾਂ ਨੂੰ ਦੇ ਦਿੱਤੀ ਇਹ ਸਾਡੀ ਵੀਡੀਓ ਬਣਾਉਣ ਲੱਗ ਪਏ ਜਦੋਂ ਇਹਨਾਂ ਵੀਡੀਓ ਮੈਂ ਆਪਣੇ ਕੈਮਰੇ ਡਿਪਟੀ ਸਾਹਿਬ ਦੇ ਲਾਗੇ ਗਨਮੈਨ ਖੜੋਤੇ ਹੀ ਉਹਨਾਂ ਇਹਨੂੰ ਕੀਤਾ ਵੀ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਇਹਨਾਂ ਉਹਦੇ ਨਾਲ ਮਿਸਬਿਹੇਵ ਕੀਤਾ ਬਾਅਦ 'ਚ ਮੈਂ ਆਪਣੇ ਮੋਬਾਈਲ ਦੇ ਉੱਤੇ ਕਿਸੇ ਨੂੰ ਫੜਾਇਆ ਮੋਬਾਈਲ ਵੀ ਇਹਨਾਂ ਦੀ ਵੀਡੀਓ ਬਣਾ ਮਿਸਬਿਹੇਵ ਕਰ ਲਿਆ ਇਹਨਾਂ ਮੇਰਾ ਮੋਬਾਈਲ ਉਹਦੇ ਕੋਲ ਖੋਲ੍ਹ ਕੇ ਤੋੜ ਦਿੱਤਾ ਕਾਰਵਾਈ ਹੁਣ ਵੇਖਦੇ ਹਾਂ ਜੋ ਇਹ ਅੱਜ ਕੱਲ੍ਹ ਲੋਅ ਬਣਦੀ ਹੈ ਜੀ ਮੋਬਾਈਲ ਤੋੜਿਆ ਆ ਇਹਨਾਂ ਔਨ ਡਿਊਟੀ ਮਿਸਬਿਹੇਵ ਕੀਤਾ ਜੋ ਉਹਦਾ ਬਣਦਾ ਅੱਜ ਕੱਲ੍ਹ ਲੋਅ ਆਪਾਂ ਸੇਫ ਨੂੰ ਆਪਾਂ ਸੇਫ ਆ ਕੋਈ ਵੀ ਜਿਹੜਾ ਕੋਈ ਕੋਈ ਇੱਕ ਅੱਧਾ ਬੰਦਾ ਜੇ ਕੋਈ ਇਹੋ ਚੀਜ਼ ਆ ਤਾਂ ਪੁਲਿਸ ਸੇਫ ਵਾਲੀ ਗੱਲ ਨਹੀਂ ਗੀ ਵੀ ਆਪਾਂ ਕਹਿ ਦਈਏ ਪੁਲਿਸ ਸੇਫ ਨਹੀਂ ਗੀ ਕੋਈ ਇੱਕ ਅੱਧਾ ਇਹੋ ਜਿਹਾ ਇੰਸੀਡੈਂਟ ਹੋ ਸਕਦਾ ਪੁਲਿਸ ਸੇਫ ਹੈ ਕੋਈ ਆਪਣੀ ਗੱਲ ਨਹੀਂ